ਇਹ ਨਹੀਂ ਪੈਂਦੀ ਟਿਕ ਕੇ ਇਹਨੂੰ ਕਿਵੇਂ ਜਾਗ ਆ ਗਈ ਤੈਨੂੰ ਕੀ ਪਤਾ ਮੈਂ ਚੱਲਿਆ ਵਾਂ ਇਹਨੂੰ ਵੀ ਲੈ ਜਾਓ ਆ ਵੀ ਕੂੜਾ ਹੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਅੱਜ ਦੇ ਵਲੋਗ ਵਿੱਚ ਸਵਾਗਤ ਹੈ ਅੱਜ ਦਾ ਵਲੋਗ ਬੜਾ ਸਪੈਸ਼ਲ ਹੋਣ ਲੱਗਾ ਕਿਉਂਕਿ ਭੈਣ ਅੱਜ 4 ਸਾਲ ਬਾਅਦ ਆਸਟ੍ਰੇਲੀਆ ਤੋਂ ਆ ਰਹੀ ਆ ਅਤੇ ਅਸੀਂ ਵੀ ਐਕਸਾਈਟਡ ਹਾਂ ਸਾਰਾ ਟੱਬਰ ਸੁੱਤਾ ਹੋਇਆ ਆ ਇਹਨਾਂ ਦੇ ਹਿਸਾਬ ਨਾਲ ਮੈਂ ਜਾਣਾ 10-11 ਵਜੇ ਦੇ ਨੇ ਪਰ ਅਸੀਂ ਰਾਤ ਨੂੰ ਹੁਣ 1 ਵਜੇ ਨਿਕਲ ਚੱਲੇ ਹਾਂ ਸੋ 4-5 ਜਣੇ ਨਿਕਲ ਚੱਲੇ ਹਾਂ ਟਾਈਮ ਨਾਲ ਪਹੁੰਚ ਚੱਲੇ ਹਾਂ ਮਿਲਦੇ ਹਾਂ ਦਿੱਲੀ ਕਰਦੇ ਹਾਂ ਭੈਣ ਦਾ ਸਵਾਗਤ ਐਕਸਾਈਟਡ ਯੂ ਨੋ ਹੁਣ ਤਿਆਰੀਆਂ ਆ ਅਤੇ ਵਿਆਹ ਦੇਣ ਰਹਿ ਕੇ ਥੋੜ੍ਹੇ ਹੁਣ ਮੈਂ ਹੌਲੀ ਤਾਂ ਬੋਲਣ ਦਿਆਂ ਕਿਉਂਕਿ ਉੱਠ ਪੈਣਾ ਉਹਨਾਂ ਨੇ ਫਿਰ ਸੋ ਸਨੋਵਰ ਅਤੇ ਉਹਨਾਂ ਨੂੰ ਮੈਂ ਗੱਡੀ ਬਾਹਰ ਆ ਗਈ ਆ ਅਤੇ ਮੈਂ ਚੱਲਦਾ ਹਾਂ ਮਿਲਦੇ ਹਾਂ ਸੱਜਣੋ ਇਹ ਨਹੀਂ ਪੈਂਦੀ ਟਿਕ ਕੇ ਇਹਨੂੰ ਕਿਵੇਂ ਜਾਗ ਆ ਗਈ ਤੈਨੂੰ ਕੀ ਪਤਾ ਮੈਂ ਚੱਲਿਆ ਵਾਂ ਮੈਨੂੰ ਸਭ ਕੁਝ ਸੁਣ ਜਾਂਦਾ ਵਾ ਤੂੰ ਕਿੰਨੀਆਂ ਮਰਜ਼ੀ ਮੇਰੇ ਤੋਂ ਚੋਰੀਆਂ ਕਰ ਲਾ ਪਰਦੇ ਪਾ ਲਾ ਜਿੰਨੇ ਮਰਜ਼ੀ ਕੁਛ ਕਰ ਲਾ ਮੈਂ ਵੀ ਤੇਰੀ ਮਾਂ ਸਰਪ੍ਰਾਈਜ਼ ਨਾਂ ਦਾ ਕੋਈ ਚੀਜ਼ ਹੁੰਦੀ ਹੈ ਸਰਪ੍ਰਾਈਜ਼ ਤਾਂ ਇੱਥੋਂ ਸ਼ੁਰੂ ਕਰਤਾ ਉਹਨਾਂ ਨੂੰ ਨਾ ਦੱਸਦੀ ਹੁਣ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਠੀਕ ਆ ਨਾ ਉਹ ਚੱਕ ਤੁਰੇ ਆਉਂਦੇ ਦੋਵੇਂ ਲੈ ਅਖਬਾਰ ਹੁਣ ਸ਼ੀਸ਼ੇ ਸਾਫ਼ ਕਰਾਂਗੇ ਫਿਰ ਜਾਵਾਂਗੇ ਅੱਜ ਦਾ ਵਲੌਗ ਥੋੜ੍ਹਾ ਲੰਮਾ ਹੋਊਗਾ ਠੀਕ ਆ ਪਿਛਲੇ ਮੰਮੀ ਪਿਛਲੇ ਘਾਤ ਦਾ ਜਵਾਬ ਕੀ ਸੀ ਪਤਾ ਨਹੀਂ ਅਗਲੀ 'ਚ ਦੱਸਾਂਗੇ ਹੁਣ ਬਾਕੀ ਨਲੀ ਹਾਂਜੀ ਹਾਂਜੀ ਸੋ ਮਿਲਦੇ ਹਾਂ ਫਰੈਂਡਸ ਗੱਡੀ ਸਟਾਰਟ ਹੋ ਚੁੱਕੀ ਹੈ ਇਹ ਕੌਣ ਆ ਰਿਹਾ ਬੰਦਾ ਦਿਖਾਏ ਖਲਾਈਏ ਇਹ ਤਾਂ ਸਨੋਵਰ ਆ ਰਿਹਾ ਲਾਈਟਾਂ ਜੀ ਦਾ ਨਜ਼ਾਰਾ ਹੈ ਨਾ ਐਂ ਤਾਂ ਨਜ਼ਾਰਾ ਹੀ ਆ ਵਾਹ ਨਾ ਅਖਬਾਰ ਨਹੀਂ ਹੈਗੀ ਨੋ ਅਖਬਾਰ ਆ ਗਏ ਜੋ ਸਵਾਗਤ ਆ ਚੱਲੇ ਦਿੱਲੀ ਨੂੰ ਅਸੀਂ ਉਹ ਆ ਗਈ ਗੱਡੀ ਇਹ 2 ਚੋਬਰ ਆ ਵਿੱਚ ਨੌਜਵਾਨ ਤੈਨੂੰ ਅੱਗੇ ਕਹਿੰਦੇ ਪਾਇਆ ਤੈਨੂੰ ਅੱਗੇ ਕਹਿੰਦੇ ਪਾਇਆ ਚੱਕੋ ਰਾਈਟ ਨਾਲ ਪਹੁੰਚ ਗਏ ਕਿੱਥੇ ਅਮਰੀਕ ਸੁਖਦੇਵ ਸਨੋਵਰ ਕਿੱਥੇ ਦੱਸਦਾ ਸਿੱਧਾ ਇਹਨੇ ਤੂੰ ਦੱਸ ਅਮਰੀਕ ਸੁਖਦੇਵ ਢਾਬੇ ਤੇ ਖਾਣ ਲੱਗੇ ਆਲੂ ਵਾਲੇ ਪਰੌਂਠੇ ਇੰਨੇ ਇਕੱਲੇ ਕਰਾਇਆ ਕਿੰਨੇ ਘੰਟੇ ਪਹੁੰਚ ਗਏ ਆਪਾਂ ਮੋਗੇ ਤੋਂ 6 ਕਿੰਨੇ ਘੰਟੇ ਪਹੁੰਚ ਗਏ ਆਪਾਂ 1 ਵਜੇ ਤੁਰੇ 4 ਘੰਟੇ ਪਹੁੰਚ ਗਏ 4 ਘੰਟੇ ਜਣਾ ਦਿੱਲੀ ਆ ਗਏ 4 ਘੰਟੇ ਚ ਭਾਈ ਟੌਰ ਨਾ ਆਪਣਾ ਬਕਵਾਸ ਬੰਦ ਕਰਿਆ ਕਰ ਦੱਸੋ ਤੇਰੇ ਮੈਂ ਸਾਰਿਆਂ ਨੂੰ ਜਮਾ ਹੀ ਬੰਦ ਕਰ ਲਾ ਤੂੰ ਬਕਵਾਸ ਪਰੌਂਠਾ ਦਾ ਹੋਵਾ ਜੀ ਮੱਖਣ ਸਮੇਤ ਪਾਣੀ ਤਾਂ ਪੀ ਲੈਣ ਦਿੰਦਾ ਪੀ ਲੈ ਪਾਣੀ ਕਿਹੜਾ ਰੋਕਿਆ ਆਪਾਂ ਪਹੁੰਚ ਗਏ ਕਿੱਥੇ ਗੁੜਗਾਉਂ ਇੱਥੇ ਤੁਸੀਂ ਗੋਰੇ ਭੱਜਦੇ ਵੇਖ ਸਕਦੇ ਹੋ ਗੋਰਾ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਗੋਰਾ 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 ਇਹ ਉਹ ਚੱਕ ਭੱਜ ਗਿਆ ਇਕੱਲਾ ਭੱਜੀ ਜਾਂਦਾ ਗੋਰਾ ਸੋ ਆਪਾਂ ਵੇਟ ਕਰਾਂਗੇ ਕੁਛ ਕੁ ਘੰਟੇ ਰਹਿ ਗਏ ਹੁਣ ਬਸ ਜਿਵੇਂ ਜਿਵੇਂ ਘੰਟੇ ਘੱਟ ਰਹੇ ਆ ਐਕਸਾਈਟਮੈਂਟ ਵੱਧ ਰਹੀ ਆ ਸੋ ਅਸੀਂ ਸਾਡੇ ਨਾਲ ਬਣੇ ਰਹੋ ਰੇਂਜ ਹੀ ਉੱਡ ਗਈ ਇਹ ਤਾਂ ਜਹਾਜ਼ ਵੀ ਉੱਡ ਗਿਆ ਪਿੱਛੋਂ ਜਹਾਜ਼ ਵੀ ਉੱਡੀ ਜਾਂਦੇ ਆ ਇੱਧਰ ਰੇਂਜ ਉੱਡੀ ਜਾਂਦੀ ਆ ਸਫਾਈ ਹੋਣ ਲੱਗ ਪਈ ਮੇਰਾ ਵੀ ਇਰਾਦਾ ਪਿੰਡ ਆ ਲਾ ਹੀ ਦੇਵਾਂ 3-4 ਮਸ਼ੀਨਾਂ ਸਾਰੀ ਆ ਖਿੱਚੀ ਲਿਆਂਦੀ ਆ ਫਿਰ ਥੱਲੋਂ ਇਹਨੂੰ ਵੀ ਲੈ ਜਾਓ ਆ ਵੀ ਕੂੜਾ ਹੀ ਆ ਮੈਂ ਤੇਰੀ ਭਲਾਈ ਨੂੰ ਕਹਿੰਦਾ ਮੰਝਾਂ ਵਾਲੀ ਮੈਂ ਹੱਥ ਇੱਧਰ ਕੀਤਾ ਸੀ ਪਰ ਤੇਰੇ ਨਾਲ ਕਰ ਦੇਣਾ ਆਪਾਂ ਬਣਾਉਣਾ ਹੀ ਸੋ ਜ਼ੁਕਾਮ ਲੱਗ ਚੁੱਕਾ ਆ ਰਾਤ ਦਾ ਹੈ ਨਾ ਸਫ਼ਰ ਸੀ ਕੀਤਾ ਅਤੇ ਅਸੀਂ ਛੇਤੀ ਆ ਗਏ 10 ਘੰਟੇ ਪਹਿਲਾਂ ਹੀ ਆ ਗਏ ਹਾਂ ਕਿਉਂਕਿ ਫਿਰ ਭੈਣ ਸੀ ਨਾ ਫਿਰ ਭੈਣ ਦੇ ਮਸਲੇ 'ਚ ਤੈਨੂੰ ਪਿਆਰ ਜ਼ਿਆਦਾ ਹੁੰਦਾ ਚਾਹ ਬੜਾ ਛੇਤੀ ਆ ਗਏ ਹਾਂ ਮਾੜਾ ਮੋਟਾ ਘੁੰਮ ਫਿਰ ਲਿਆ ਸੀ ਹੈ ਨਾ ਖਾ ਪੀ ਲਿਆ ਆ ਲੈ ਲਿਆ 1-2 ਹਾਂ ਅਤੇ ਹੁਣ ਬਸ 3 ਕੁ ਘੰਟੇ ਰਹਿ ਗਏ ਆ ਭੈਣ ਦੇ ਆਉਣ 'ਚ ਅਤੇ ਅਸੀਂ ਇੱਥੇ ਏਅਰਪੋਰਟ ਦੇ ਨੇੜੇ ਹੀ ਹਾਂ ਬਹੁਤ ਘੈਂਟ ਲੋਕੇਸ਼ਨ ਇੱਥੇ ਆਇਆ ਕਰੋ ਟਾਈਮ ਨਾਲ ਆਇਆ ਕਰੋ ਅਤੇ ਹਾਂ ਉਹ ਗਾਣਾ ਲਾਉਣਾ ਆ ਸੋ ਬਸ ਐਕਸਾਈਟਡ ਹੀ ਇਹਨੇ ਆਉਣ ਵਾਲਾ ਹੀ ਆ ਬਸ ਵੇਖੋ ਬਹੁਤ ਘੈਂਟ ਸਿਟੀ ਆ ਜਿੱਥੇ ਕਹਿੰਦੇ ਨੌਵਾਂ ਦਾ ਮਾਸ ਸਾਡੇ ਹੁੰਦਾ ਪਰ ਭੈਣ ਭਰਾਵਾਂ ਦਾ ਚਾਹ ਜਿਹੜਾ ਹੁੰਦਾ ਨਾ ਭੈਣ ਭਰਾਵਾਂ ਦਾ ਚਾਹ ਹੀ ਹੁੰਦਾ ਜੀ ਪਰਿਵਾਰ ਦਾ ਜਿਹੜਾ ਹੁੰਦਾ ਸਾਨੂੰ ਕੋਈ ਜ਼ਿਆਦਾ ਵਾਹਿਗੁਰੂ ਮਿਹਰ ਕਰੇ ਸਾਰਿਆਂ ਨੇ ਪਰਿਵਾਰ ਬਾਹਰ ਜਾਣ ਤੇ ਮਿਲਦੇ ਮਿਲਦੇ ਰਹਿਣ ਵਰਤਦੇ ਰਹਿਣ ਨਾ ਤੂੰ ਕਹਿ ਲੈ ਮਿਲਦੇ ਬਾਹਰ ਜਾ ਕੇ ਹਾਂ ਮਿਲਦੇ ਬਾਹਰ ਮੈਂ ਹੀ ਕਹਿਣ ਲੱਗੇ ਮਿਲਦੇ ਕੈਨੇਡਾ ਜਹਾਜ਼ ਇੱਕ ਐਵੇਂ ਦੀ ਚੀਜ਼ ਆ ਜਿਹੜਾ ਯਾਰਾਂ ਨੂੰ ਯਾਰਾਂ ਤੋਂ ਅੱਡ ਕਰ ਦਿੰਦਾ ਪਰਿਵਾਰਾਂ ਤੋਂ ਅੱਡ ਕਰ ਦਿੰਦਾ ਪਰਿਵਾਰਾਂ ਤੋਂ ਅੱਡ ਕਰ ਦਿੰਦਾ ਪਰ ਬਾਕੀ ਮਜਬੂਰੀਆਂ ਮਜਬੂਰੀਆਂ ਨੂੰ ਸਾਰ ਕੋਈ ਦੂਰ ਹੁੰਦਾ ਨਾ ਸੋ ਜ਼ੁਕਾਮ ਲੱਗ ਚੁੱਕਾ ਆਲਰੇਡੀ ਚਲੋ ਠੀਕ ਹੈ ਹੋ ਜਾਏਗਾ ਉਹ ਰੋਣ ਲੱਗ ਪਿਆ ਦੁੱਖ ਬੜਾ ਆ ਸੋ ਮਿਲਦੇ ਆ ਕੰਟੀਨਿਊ ਰੱਖਿਓ ਸੋ ਫਾਈਨਲੀ
ਇੱਕ ਘੰਟਾ ਰਹਿ ਇੱਕ ਘੰਟਾ ਨਹੀਂ ਬਸ ਰਹਿ ਗਿਆ ਅੱਧਾ ਘੰਟਾ ਸੀ ਟਰਮੀਨਲ 3 ਤੇ ਚੱਲੇ ਆ ਸੋ ਗੱਡੀ ਖਿੱਚਦੀ ਆ ਰਾਹ ਨੂੰ ਤੇ ਇੰਤਜ਼ਾਰ ਦੀਆਂ ਗੜੀਆਂ ਖਤਮ ਹੋਣ ਦੀ ਕਗਾਰ ਤੇ ਆ ਹੁਣ ਸਾਨੂੰ ਤੇ ਬਾ ਖੁਸ਼ੀਆਂ 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 ਹੀ ਖੁਸ਼ੀਆਂ ਹੋਈਆਂ ਪਈਆਂ ਤੇ ਐਕਸਾਈਟਡ ਟੂ ਮੱਚ ਰੈਡੀ ਜਿੱਦਾਂ ਤੁਸੀਂ ਆ ਵੇਖੀਏ ਕੌਣ ਆ ਉਦਾਂ ਹੀ ਅਸੀਂ ਵਿਖਾਉਂਦੇ ਤੁਹਾਨੂੰ ਵੀ ਕੌਣ ਆ ਫਿਰ ਚਲੋ ਜੀ ਮਿਲਦੇ ਆ ਲਓ ਜੀ ਹੁਣ ਅਸੀਂ ਆਲਰੇਡੀ 30-40 ਮਿੰਟ ਪਹਿਲਾਂ ਪਹੁੰਚ ਗਏ ਹਾਂ ਝੂਟੇ ਮਾਟੇ ਲੈਂਦੇ ਘੁੰਮ ਫਿਰ ਕੇ ਟਾਈਮ ਪਾਸ ਇਹਦੀ ਜਾਨ ਹੀ ਨਿਕਲੀ ਪਈ ਆ ਬੰਦੇ ਦੀ ਤਾਂ ਬਸ ਚੱਲੇ ਮੈਂ ਅੰਦਰ ਚੱਲਾਂ ਗਾ ਲੈ ਓ ਤੇਰੀ ਅੱਖਾਂ 'ਚ ਪਾਣੀ ਆ ਵੀ ਗਿਆ ਹੈ ਅੱਖਾਂ 'ਚ ਪਾਣੀ ਆ ਵੀ ਗਿਆ ਤੇ ਸਿਰਫ ਕੁਝ ਕੁ ਦੂਰੀ ਤੇ ਘਰ ਆ ਆਪਣਾ ਆ ਸੁੱਤਾ ਪਿਆ ਨੇ ਮਾਰ ਲੱਫੜੇ ਦੇ ਉੱਠੋ ਏ ਹੈਲੋ ਐਕਸਕਿਊਜ਼ ਮੀ ਕਿਆ ਭਾਜੀ ਥੈਂਕ ਯੂ ਨੀਂਦ ਚਾਜ ਲੱਗਦਾ ਉਹ ਵੀ ਸਾਹਮਣੇ ਕਰਦੇ ਫਿਰਿਆ ਸਾਰਿਆਂ ਨੂੰ ਉਹ ਵੇ ਬੂਏ ਕੇ ਖੜੇ ਲਾਦਰ ਮੋਟਾ ਨੇ ਲੈ ਯੂ ਸੀਟ ਬੈਲਟ ਫਰ ਅ ਸੇਫ ਡਰਾਈਵ ਮੋਟਾ ਨੇ ਆਪਣਾ ਸਨੈਪ ਜੱਟਾ ਫੋਨ ਨੂੰ ਫਿਰਦਾ ਨਾ ਫਿਰ ਇਧਰ ਕਰ ਦਈਏ ਨਾ ਉੱਚੀ ਕਰ ਲਈਏ ਉੱਚੀ ਤਾਰ ਦਈਏ ਤੈਨੂੰ ਉੱਚੀ ਤਾਰ ਦਈਏ ਉੱਚੀ ਕਰ ਲਈਏ ਫਿਰ ਨਾ ਹਾਂ ਭਰਤ ਮਲਾਪ ਹੋ ਚੁੱਕਾ ਹੈ ਪਰੇ ਹੋ ਜਾਓ ਤੁਸੀਂ ਰੋਪੀ 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 ਬੰਦੀ ਭਰਤ ਮਲਾਪ ਹੋ ਚੁੱਕਾ ਹੈ ਕਹਿੰਦੇ ਨਾ ਨੇ ਮੈਨੂੰ ਨਾ ਰਵਾਈ ਜੇ ਮੈਨੂੰ ਰਵਾਉਣਾ ਤਾਂ ਮੇਰੇ ਗਲੇ ਦਾ ਲਾਈ ਚਲੋ ਸਾਰਿਆਂ ਨੇ ਰੋ ਲਿਆ ਮੰਦੀ ਪਤਾ ਤਾਂ ਖੋਸ਼ ਹੋ ਜਾਣਾ ਮੈਂ ਸੱਜੇ ਚੱਲ ਜਾਈ ਇਧਰ ਭਾਜੀ ਹੋਣੀ ਵੀਡੀਓ ਕਾਲ ਤੇ ਵੈਲਕਮ ਵੈਲਕਮ ਠੀਕ ਹੈ ਫਿਰ ਕੀ ਹੋ ਗਿਆ ਬੁੱਧ ਲਓ ਵੀ ਇਸੇ ਦੇ ਨਾਲ ਅੱਜ ਦਾ ਵਲੋਗ ਹੀ ਖਤਮ ਹੁੰਦਾ ਹੈ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਵਲੋਗ ਵੇਖਣ ਲਈ ਤੇ ਭੈਣ ਹੋਣੀ ਹੁਣ ਆਪ ਤਾਂ ਚਲ ਗਏ ਘੁੰਮਣ ਫਿਰਨ ਪਹਿਲਾਂ ਸਹੁਰਿਆਂ ਤੇ ਚਲ ਗਈ ਹੁਣ ਆਪਦੇ ਸਹੁਰਿਆਂ ਤੋਂ ਹੋ ਕੇ ਉਦੋਂ ਬਾਅਦ ਉਹਨਾਂ ਨੇ ਚਲ ਜਾਣਾ ਮੋਗੇ ਆਪਦੇ ਸ਼ੋਪਿੰਗ ਸ਼ੋਅ ਜਿਵੇਂ ਟੱਲੇ ਸੌ ਕੰਮ ਕਾਰ ਹੁਣ ਤੁਹਾਨੂੰ ਪਤਾ ਵਿਆਹ ਦੇ ਦਿਨ ਤਾਂ ਮੁੱਕਣਾ ਕੋਈ ਕੰਮ ਕਾਰ ਹੈ ਨਹੀਂ ਤੇ ਦਿਨ ਐਂ ਭੱਜੇ ਜਾਂਦੇ ਜਿਵੇਂ ਟੁੱਟਾ ਛਿੱਤਰ ਅਤੇ ਹੌਲੀ ਹੌਲੀ ਚਲੋ ਮਿਲਦੇ ਹਾਂ ਸਾਰਿਆਂ ਨੂੰ ਅਗਲੇ ਵਲੋਗ 'ਚ ਨੈਕਸਟ ਵਲੋਗ ਲਈ ਧੰਨਵਾਦ ਲਵ ਯੂ ਆਲ।